ਆ ਕਰਾਰੋ ਗੇਅਰ ਚ ਦਿੱਤਾ ਏ 855 ਲਾ ਲਓ ਹੁਣ 8.5 ਦਾ ਪੈਂਦਾ ਹੈ ਠੀਕ ਹੈ ਇਹ 6.25 ਦਾ ਪੈਂਦਾ ਹੈ ਅੱਛਾ ਰੇਟ ਦਾ ਵੀ ਘੱਟ ਐਵਰੇਜ ਵੀ ਜ਼ਿਆਦਾ ਐਵਰੇਜ ਵੀ ਉਹਦੇ ਨਾਲੋਂ ਹੈ ਫਰਕ ਤੇ ਲਾ ਲਓ ਜ਼ੋਰ ਵੀ ਮਤਲਬ 19-20 ਦਾ ਹੀ ਫਰਕ ਹੋਏਗਾ 19-20 ਦਾ ਹੀ ਹੈ ਜੀ ਠੀਕ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਅਤੇ ਅੱਜ ਤੁਹਾਡੇ ਲੈ ਕੇ ਆਏ ਹਾਂ ਪ੍ਰੀਤ ਸੁਪਰ 50-49 ਇਹਦਾ ਫੁੱਲ ਰਿਵਿਊ ਕਰਾਂਗੇ ਜਾਣਕਾਰੀ ਦਿਆਂਗੇ ਤੁਹਾਨੂੰ ਅਤੇ ਇਹਦੇ ਓਨਰ ਨਾਲ ਮਿਲਾਉਂਦੇ ਹਾਂ ਤੁਹਾਨੂੰ ਇਹ ਮੇਰਾ ਬੇਲੀ ਹੀ ਹੈ ਬਚਪਨ ਤੋਂ ਅਸੀਂ ਇਕੱਠੇ ਪੜ੍ਹੇ ਹਾਂ ਗੁਰਲਾਲ ਸਿੰਘ ਸਤਿ ਸ਼੍ਰੀ ਅਕਾਲ ਗੁਰਲਾਲ ਸਿੰਘ ਸਤਿ ਸ਼੍ਰੀ ਅਕਾਲ ਜੀ ਭਾਜੀ ਹੋਰ ਠੀਕ ਹੋ ਹਾਂ ਹਾਂ ਵਧੀਆ ਤੁਸੀਂ ਦੱਸੋ ਸਭ ਵਧੀਆ ਸਭ ਤੋਂ ਪਹਿਲਾਂ ਇਹਦਾ ਰਿਵਿਊ ਦਿਓ ਸਾਨੂੰ ਪੂਰੀ ਜਾਣਕਾਰੀ ਦਿਓ ਵੀ ਇਹ ਪ੍ਰੀਤ ਕਿਉਂ ਲਿਆ ਟਰੈਕਟਰ ਤੁਸੀਂ ਕੋਈ ਹੋਰ ਦੂਜਾ ਕਾਹਤੋਂ ਨਹੀਂ ਲਿਆ ਇਹ ਭਾਜੀ ਜਿਵੇਂ ਮੰਨ ਲਓ ਕਿ ਆਪਾਂ ਪ੍ਰੀਤ ਟਰੈਕਟਰ ਇਹ ਇੱਕ ਤੇ ਰੇਟ 'ਚ ਸਸਤਾ ਜੀ ਅੱਛਾ ਠੀਕ ਹੈ ਅਤੇ ਇੱਕ ਇਹ ਮੰਨ ਲਓ ਕਰਾਰੋ ਗੇਅਰ 'ਚ ਦਿੱਤਾ ਹੈ ਅੱਛਾ ਹਾਂਜੀ ਅਤੇ ਜੇ ਗੱਲ ਕਰੀਏ ਤਾਂ ਆਪਾਂ ਇਹਦੀ ਸ਼ੋਅ ਦੀ ਪਹਿਲਾਂ ਇਹ ਦੂਜੀ ਸ਼ੋਅ 'ਚ ਆਉਂਦਾ ਹੁੰਦਾ ਸੀ ਅੱਛਾ ਹੁਣ ਇਹਦੀ ਸ਼ੋਅ ਚੇਂਜ ਕਰ ਦਿੱਤੀ ਹੈ ਅੱਛਾ 50 HP 'ਚ ਦਿੱਤਾ ਹੈ ਠੀਕ ਹਾਂਜੀ ਜਿਵੇਂ ਤੁਸੀਂ ਆਉਂਦੇ ਵੀ ਇਹ 6 ਲੱਖ ਦਾ 6 ਲੱਖ ਦਾ ਆਉਂਦੇ ਹਾਂਜੀ ਸਵਾ ਕੁ 6 ਲੱਖ ਦਾ ਹੈ ਅੱਛਾ ਅਤੇ ਹੋਰ ਵੀ ਤਾਂ ਤੁਸੀਂ ਲੈ ਸਕਦੇ ਹੋ ਜਿਵੇਂ ਆਪਣਾ 855 ਹੋ ਗਿਆ ਵਾਹੇ ਭਾਜੀ ਲਾ ਲਓ ਜਿਵੇਂ ਕਿ ਇਹਦਾ ਤੁਹਾਨੂੰ ਵਿਖਾਉਂਦੇ ਹਾਂ ਆ ਕਰਾਰੋ ਗੇਅਰ 'ਚ ਦਿੱਤਾ ਹੈ ਜਿਵੇਂ ਆਪਾਂ ਸੁਪਰ ਸੀਡਰ 'ਚ ਚਲਾਉਣਾ ਹੈ ਰੀਪਰ 'ਚ ਚਲਾਉਣਾ ਹੈ ਅਤੇ ਪਹਿਲਾਂ ਮਤਲਬ ਕਿ ਇਹ ਸਿੰਪਲ ਹਾਈਲੋ 'ਚ ਆਉਂਦਾ ਹੁੰਦਾ ਸੀ ਅੱਛਾ ਅਤੇ ਹੁਣ ਇਹਦਾ ਇਹ ਗੇਅਰ ਦੇ ਦਿੱਤਾ ਹੈ ਵੀ ਮਤਲਬ ਕੋਈ ਦਿੱਕਤ ਨਹੀਂ ਆਏਗੀ ਅੱਛਾ ਸਪੀਡ ਆਪਣਾ ਮੀਡੀਅਮ ਸਪੀਡ ਤੇ ਚੱਲਦਾ ਹੈ ਫਰੰਟ ਤੋਂ ਆਪਾਂ ਸਟਾਰਟ ਕਰਦੇ ਆਂ ਆਪਾਂ ਜੀ ਇਹਦਾ ਖੋਲੋ ਬੋਨਟ ਬੋਨਟ ਕਿਵੇਂ ਖੁੱਲਦਾ ਵੇਖੋ ਦੋਸਤੋ ਅੱਗੋਂ ਹੀ ਸਿੱਧਾ ਉੱਤੇ ਚੁੱਕਣਾ ਇਹਦੀ ਬੈਟਰੀ ਅੱਗੇ ਦਿੱਤੀ ਜੀ ਹੈ ਜੀ ਫਰੰਟ ਤੇ ਦੇਤੀ ਦੋਸਤੋ ਬੈਟਰੀ ਇਹਦੀ ਸਾਈਡ 'ਚ ਹੁੰਦੀ ਹੈ ਅੱਛਾ ਮੰਨ ਲਓ ਅਲੱਗ ਤੋਂ ਲੋਕ ਲਗਾਉਣ ਦੀ ਲੋੜ ਨਹੀਂ ਹੈਗੀ ਵਿੱਚ ਮੰਨ ਲਓ ਸੇਫਟੀ ਹੈ ਪੂਰੀ ਹੈ ਨਾ ਜੀ ਹਾਂਜੀ ਠੀਕ ਹੈ ਤੇ ਜੇ ਗੱਲ ਕਰੀਏ ਤਾਂ 3 ਸਿਲੰਡਰ ਦਿੱਤੇ ਨੇ ਜੀ 3 ਹਾਂਜੀ 3 ਸਿਲੰਡਰ ਹੈ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਠੀਕ ਹੈ ਤੇ ਆ ਇਹਦਾ ਆਹ ਚੀਜ਼ ਇਹ ਆਪਣਾ ਹੋ ਗਿਆ ਕੂਲੈਂਟ ਵਾਲਾ ਹਾਂਜੀ ਉਹ ਪਰ ਆਪਣਾ ਦਿੱਤਾ ਸਟੀਅਰਿੰਗ ਵਾਲਾ ਆਇਲ ਸਟੀਅਰਿੰਗ ਆਇਲ ਹੈ ਇਹ ਵੀ ਮੰਨ ਲਓ ਅਲੱਗ ਤੋਂ ਹੀ ਦੇ ਦਿੱਤਾ ਹਾਂਜੀ ਅਲੱਗ ਤੋਂ ਦਿੱਤਾ ਇਹਨੂੰ ਮੰਨ ਲਓ ਜਿਹੜਾ ਆਮ ਮਿਸਤਰੀ ਉਹ ਕੋਈ ਵੀ ਇਹਨੂੰ ਹੱਥ ਪਾ ਸਕਦਾ ਹਾਂਜੀ 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 ਵੀ ਆਪਣਾ ਜਿਹੜੀ ਇਹਦੇ ਸਰਵਿਸ ਵਗੈਰਾ ਕਰਵਾਉਣੀ ਹੋਏ ਕਿਤੋਂ ਇੱਕ ਬੰਦਾ ਕਰ ਸਕਦਾ ਕੋਈ ਵੀ ਮਿਸਤਰੀ ਕਰ ਸਕਦਾ ਹਾਂਜੀ ਤੇ ਇਹਦੇ ਮੰਨ ਲਓ ਅੱਗੇ ਹੁਣ ਆ ਗਏ ਟਾਇਰ ਕਿੰਨੇ ਦੇ ਨੇ ਫਰੰਟ ਇਹ 750-16 ਦੇ ਜੀ 750-16 ਦੇ ਹਾਂਜੀ ਪਿਛਲੇ 16-28 ਦੇ ਦਿੱਤੇ ਨੇ 16-9 ਗੱਲ ਕਰੀਏ ਤੇ ਸਲੰਸਰ ਦੀ ਹਾਂਜੀ ਸਲੰਸਰ ਵੀ ਆਪਣਾ 855 ਵਾਂਗੂ ਦਿੱਤਾ ਹੋਇਆ ਹੈ ਅੱਛਾ ਆਵਾਜ਼ ਵੀ 855 ਵਰਗੀ ਹੈ ਠੀਕ ਠੀਕ ਤੇ ਇੱਧਰ ਆ ਜਾਓ ਮਗਰਾਟਾਂ ਦੇ ਮਗਰਾਟ ਵੀ ਇਹਦੇ 855 ਵਰਗੀ ਸ਼ੇਪ 'ਚ ਦਿੱਤੇ ਨੇ ਅੱਛਾ ਤਕਰੀਬਨ ਹਾਂਜੀ ਸਾਰਾ ਕੰਮ 855 ਵਰਗਾ ਹੀ ਜੇ ਆਪਣਾ ਹਿੱਸਾ ਵੀ ਚੈੱਕ ਕਰ ਸਕਦੇ ਹੋ ਤੁਸੀਂ ਅੱਛਾ ਆਪਣਾ ਬ੍ਰੇਕ ਪੈਡਲ ਆ ਗਿਆ ਹਾਂਜੀ ਬ੍ਰੇਕ ਪੈਡਲ ਵੀ ਚੈੱਕ ਕਰ ਸਕਦੇ ਹੋ ਤੁਸੀਂ ਉਹਦੇ ਵਰਗੇ ਦਿੱਤੇ ਨੇ ਆਹ ਕਰ ਲਓ ਚੈੱਕ ਇੱਧਰ ਆਹ ਚੀਜ਼ ਇਹ ਆਪਣਾ ਹੈਂਡ ਬ੍ਰੇਕ ਹੋ ਗਈ ਇਹਦੀ ਹੈਂਡ ਬ੍ਰੇਕ ਹੋ ਗਈ ਹੈ ਦੂਜਿਆਂ ਦੀ ਅਲੱਗ ਨਹੀਂ ਹੁੰਦੀ ਜਿਵੇਂ ਹਾਂਜੀ ਉਹਨਾਂ ਦੀ ਥੋੜੀ ਅਲੱਗ ਹੁੰਦੀ ਹੈ ਇਹਦੀ 855 ਵਰਗੀ ਦਿੱਤੀ ਹੈ ਅੱਛਾ ਕਿੰਨੇ ਗੇਅਰ ਹੈ ਇਹ 4 ਗੇਅਰਾਂ 'ਚ ਜੇ ਅੱਛਾ ਟੋਟਲ ਕਿੰਨੇ ਗੇਅਰ ਹੈ ਕਿੰਨੇ ਸਪੀਡ ਹੈ 4 ਸਪੀਡ ਹੈ ਕਿੰਨੇ HP ਹੈ ਜੀ ਇਹ 50 HP ਦੇ 50 HP ਹੈ ਤੇ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਇਹਦੀ
ਐਵਰੇਜ ਭਾਜੀ 2-2.5 ਲੀਟਰ ਕਿੱਲਾ ਕੱਢ ਜਾਂਦਾ? ਹਾਂਜੀ 2.25 ਲੀਟਰ। ਹਾਂਜੀ ਹਾਂਜੀ। ਅੱਛਾ, ਕਿੰਨੇ ਹਲ ਖਿੱਚ ਲੈਂਦਾ? ਹਾਂਜੀ ਕਿੰਨੇ ਹਲ? ਇਹ 9-9 ਦੀ ਜ਼ਹਿਰ ਉਹ 9-9 ਦੀ ਆ। ਹਾਂਜੀ ਪਰਵਾਹ ਨਹੀਂ ਕਰਦਾ ਮੈਂ ਨਾ ਅੜਦੜਾਕੇ ਠਾਈ ਹੁੰਦਾ। ਅੱਛਾ ਹਾਂਜੀ, ਜ਼ੋਰ ਵੀ ਫੁੱਲ ਮਾਰਦਾ ਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਏ ਨੂੰ? ਇਹਨੂੰ ਭਾਜੀ ਹੋ ਹੀ ਚੱਲੇ ਨੇ 6-7 ਮਹੀਨੇ। ਕੋਈ ਕਮੀ ਲੱਗੀ ਹੋਵੇ? ਨਾ ਭਾਜੀ, ਸਾਨੂੰ ਤੇ ਹਲੇ ਤੱਕ ਲੱਗੀ ਨਹੀਂ। ਆਪਣਾ ਰੀਪਰ ਤੇ ਵੀ ਐਨ ਵਧੀਆ ਚੱਲਿਆ। ਤੁਸੀਂ 855 ਵੀ ਰੱਖਿਆ ਸੀ ਤੇ ਹਾਂਜੀ, ਪਹਿਲਾਂ 855 ਸੀ। ਫਰਕ ਲੱਗਾ ਇਹਦੇ ਭਾਜੀ? ਇੱਕ ਤੇ ਰੇਟ ਦਾ ਬੜਾ ਡਿਫਰੈਂਸ ਹੈ। ਅੱਛਾ, 855 ਲਾ ਲਓ ਹੁਣ, 8-8.5 ਦਾ ਪੈਂਦਾ ਹੈ। ਠੀਕ ਹੈ, ਇਹ 6-6.5 ਦਾ ਪੈਂਦਾ ਹੈ। ਅੱਛਾ, ਰੇਟ ਦਾ ਵੀ ਘੱਟ, ਐਵਰੇਜ ਵੀ ਜ਼ਿਆਦਾ। ਐਵਰੇਜ ਵੀ ਉਹਦੇ ਨਾਲੋਂ ਹੈ ਫਰਕ, ਤੇ ਲਾ ਲਓ ਜ਼ੋਰ ਵੀ ਮਤਲਬ 19-20 ਦਾ ਹੀ ਫਰਕ ਹੋਏਗਾ। 19-20 ਦਾ ਹੀ ਆ ਜੀ। ਠੀਕ ਠੀਕ, ਤੇ ਵੇਟ ਵਗੈਰਾ ਇਹਦਾ? ਵੇਟ ਉਹਦੇ ਬਰਾਬਰ ਹੀ ਕਿ ਥੋੜਾ ਉਦੋਂ ਹਲਕਾ? ਥੋੜਾ ਬਹੁਤ ਭਾਜੀ ਫਰਕ ਹੋਣਾ ਹੈ। ਇਹ ਥੋੜਾ ਹਲਕਾ? ਹਾਂਜੀ, ਇਹ ਥੋੜਾ ਹੌਲਾ ਹੈ ਉਹਦੇ ਨਾਲੋਂ। ਅੱਛਾ, ਤੇ ਆਪਣਾ 855 ਥੋੜਾ ਭਾਰਾ ਹੈ ਇਦੋਂ। ਤੇ ਬੈਕ ਸਾਈਡ ਵੱਖਾ? ਬੈਕ ਸਾਈਡ ਆ ਜਾਓ ਭਾਜੀ। ਬੈਕ ਸਾਈਡ ਜੇ ਗੱਲ ਕਰੀਏ ਭਾਜੀ, ਆਪਾਂ ਇੱਥੋਂ ਲਿੰਕਾਂ ਤੋਂ ਹੀ ਕਰ ਲਓ ਤੁਸੀਂ ਚੈੱਕ। ਹਾਂਜੀ, 855 ਵਰਗੀਆਂ ਸੇਮ ਦਿੱਤੀਆਂ ਨੇ, ਸੇਮ ਲਿੰਕਾਂ। ਟੂਪਾਂ ਵੀ ਇਹਦੀਆਂ ਉਹਦੇ ਵਰਗੀਆਂ ਦਿੱਤੀਆਂ ਨੇ। ਤੇ ਜੇ ਗੱਲ ਕਰੀਏ ਆਪਾਂ ਇਹਦੀ ਹੁੱਕ ਦੀ, ਅੱਛਾ ਹੁੱਕ ਵੀ ਸੇਮ ਉਹਦੇ ਵਰਗੀ, ਥੋੜਾ ਬਹੁਤਾ ਹੀ ਫਰਕ ਹੋਏਗਾ। ਅੱਛਾ, ਤੇ ਆਪਣਾ ਜੇਨ ਦੀ ਗੱਲ ਕਰੀਏ ਤੇ ਇਹ ਵੀ ਸੇਮ ਉਹਦੇ ਵਰਗੇ ਦਿੱਤਾ ਹੈ। ਅੱਛਾ, ਤੇ ਪੀਟੀਓ? ਪੀਟੀਓ ਭਾਜੀ ਆਪਣਾ 540 ਚੱਕਰ ਦਿੱਤੇ ਨੇ ਇਹਦੇ। ਅੱਛਾ, ਤੇ ਡਬਲ ਡਿਸਟ੍ਰੀਬਿਊਟਰ ਚ ਦਿੱਤਾ ਜੇ, ਡਿਸਟ੍ਰੀਬਿਊਟਰ ਵੀ ਸੇਮ ਉਹਦੇ ਵਰਗੇ 855 ਵਰਗਾ। ਠੀਕ ਠੀਕ, ਮਤਲਬ ਕਿ 855 ਨਾਲੋਂ ਥੋੜਾ ਬਹੁਤਾ ਹੀ ਫਰਕ ਹੈ ਇਹਦੇ ਵਿੱਚ। ਠੀਕ ਠੀਕ, ਬਾਕੀ ਉਹਦੇ ਨਾਲ ਮਿਲਦਾ ਜੁਲਦਾ ਹੈ। ਉਹ ਤੁਹਾਨੂੰ ਹੁਣ ਇਹਦਾ ਫੀਚਰ ਵਿਖਾਉਂਦੇ, ਫੀਚਰ ਦੱਸੋ ਹੁਣ ਗੁਰਲਾਲ ਸਿੰਘ ਦੇ ਇੱਕ ਇੱਕ ਫੀਚਰ ਭਾਜੀ। ਆਹ ਦੇ ਇੰਡੀਕੇਟਰਾਂ ਵਾਸਤੇ ਦਿੱਤੇ ਨੇ। ਅੱਛਾ, ਇੰਡੀਕੇਟਰ ਹੋ ਗਿਆ? ਹਾਂਜੀ, ਇੰਡੀਕੇਟਰ ਪੁਆਇੰਟ ਹੋ ਗਿਆ ਇਹ। ਅੱਛਾ, ਤੇ ਇਹ ਹੋ ਗਿਆ ਆਪਣਾ ਹੈੱਡਲਾਈਟਾਂ ਵਾਲੇ, ਹੈੱਡਲਾਈਟਾਂ। ਹਾਂਜੀ, ਤੇ ਆਹ ਹੋਰਨ ਵਾਲਾ ਦਿੱਤਾ ਹੈ ਪੁਆਇੰਟ, ਇਹਦੇ ਵਿੱਚ ਹੀ ਦੇਤਾ ਹੈ। ਹਾਂਜੀ, ਤੇ ਇਹ ਹੋ ਗਿਆ ਸਾਈਡ ਇੰਡੀਕੇਟਰ ਵਾਲੇ, ਜੇ ਆਪਾਂ ਮੰਨ ਲਓ ਸਾਈਡ ਦੇਣੀ ਹੈ। ਠੀਕ ਠੀਕ, ਤੇ ਆਹ ਮੀਟਰ ਹੋ ਗਏ, ਮੀਟਰ ਹੋ ਗਿਆ। ਹਾਂਜੀ ਠੀਕ ਠੀਕ, ਆਹ ਤੇਲ ਵਾਲੀ ਦਿੱਤੀ ਜੇ। ਅੱਛਾ, ਤੇ ਆਹ ਆਪਣਾ ਇੱਧਰ ਬੈਟਰੀ ਵਾਲੀ ਹੋ ਗਈ, ਤੇ ਇੱਧਰ ਆਪਣਾ ਗਰਮੈਸ਼ ਵਾਲੀ। ਠੀਕ, ਇੱਧਰ ਆਪਣਾ ਸੋਚ ਹੋ ਗਿਆ, ਤੇ ਆਹ ਫਿਊਜ਼ ਹੋ ਗਿਆ। ਅੱਛਾ, ਤੇ ਇਹਦੇ ਗੇਅਰ, ਸਾਈਡ ਗੇਅਰ, ਆਹ ਕਿਹੜਾ ਗੇਅਰ ਨੇ? ਇਹ ਆਪਣਾ, ਇਹ ਤਾਂ ਭਾਜੀ ਪੀਟੀਓ ਗੇਅਰ ਹੋ ਗਿਆ ਨਾ। ਪੀਟੀਓ ਗੇਅਰ ਹੋ ਗਿਆ, ਹਾਂਜੀ ਪੀਟੀਓ ਗੇਅਰ ਹੋ ਗਿਆ, ਆਪਣਾ ਮੇਨ ਗੇਅਰ ਹੋ ਗਏ। ਅੱਛਾ, ਇਹ ਮੇਨ ਗੇਅਰ ਹੋ ਗਿਆ। ਹਾਂਜੀ, ਆਹ ਹਾਈ ਲੋ ਹੋ ਗਿਆ, ਇੱਧਰ ਆਪਣਾ ਗਰਾਰੋ ਗੇਅਰ ਦਿੱਤਾ ਹੋਇਆ। ਠੀਕ, ਹਾਂਜੀ, ਇਹ ਸੈਂਟਰ ਗੇਅਰ 'ਚ ਮਤਲਬ ਕਿ। ਅੱਛਾ ਅੱਛਾ, ਹਾਂਜੀ, ਜਿਹੜੇ 60-59 ਨੇ ਉਹ ਆਪਣਾ ਸਾਈਡ ਗੇਅਰ ਨੇ। ਅੱਛਾ, ਚਾਰਜਿੰਗ ਸ਼ੋਕਟ ਵੀ ਦਿੱਤਾ? ਹਾਂਜੀ, ਜੇ ਮੋਬਾਈਲ ਵਗੈਰਾ ਚਾਰਜਿੰਗ ਲਾਣਾ ਹੋਵੇ। ਹਾਂਜੀ ਹਾਂਜੀ, 12 ਵੋਲਟ ਦਾ? ਹਾਂਜੀ, ਮਤਲਬ ਕਿ ਕੋਈ ਦਿੱਕਤ ਨਹੀਂ ਹੁੰਦੀ। ਅੱਛਾ, ਇਹ ਮਾਈਕੋ ਪੰਪ 'ਚ ਦਿੱਤਾ ਹੋਇਆ ਹੈ। ਅੱਛਾ, ਚੈੱਕ ਕਰ ਸਕਦੇ ਤੁਸੀਂ। ਔਰ ਸਟੀਅਰਿੰਗ ਹੈ? ਹਾਂਜੀ, ਪਾਵਰ ਸਟੀਅਰਿੰਗ ਜੇ ਆ ਵੇਖੋ, ਫਿਲਟਰ ਵੀ ਆਪਣਾ 855 ਵਰਗੀ ਦਿੱਤੇ ਹੋਏ ਨੇ ਸੇਮ। ਅੱਛਾ, ਵੀ ਤੁਹਾਡੇ ਹੁਣ ਚੈੱਕ, ਦੂਜੇ ਟਰੈਕਟਰ ਨੂੰ ਵੱਡਾ ਦਿੱਤਾ। ਅੱਛਾ, ਵੀ ਹੁਣ ਤੁਹਾਡੀ ਗੱਲਾਂ ਤੋਂ ਇਹ ਲੱਗ ਰਿਹਾ ਵੀ ਜੇ ਕਿਸੇ ਨੇ 855 ਲੈਣਾ। ਹਾਂਜੀ, ਤੇ ਮਤਲਬ ਕਿ ਰੇਟ ਦੇ ਮੁਤਾਬਿਕ ਵੀ ਕਿਸੇ ਕੋਲ ਨਹੀਂ ਵੀ ਹੁੰਦਾ ਇੰਨੇ ਮਤਲਬ ਕਿ ਲਾਉਣ ਯੋਗੇ ਪੈਸੇ। ਅੱਛਾ, ਤੇ ਆਪਣਾ ਪ੍ਰੀਤ ਲੈ ਸਕਦਾ ਆਪਣਾ 855 ਜਿੰਨਾ ਹੀ ਕੰਮ ਕਰੇਗਾ। ਹਾਂ, ਉਹਦੇ ਜਿੰਨਾ ਹੀ ਕੰਮ ਕਰੇਗਾ। ਸਾਨੂੰ ਤੇ ਬਹੁਤ ਮਜ਼ਾ ਆਇਆ ਇਹਦੇ 'ਚ, ਘੱਟੋ ਘੱਟ 2-3 ਲੱਖ ਦਾ ਬੈਨੀਫਿਟ ਵੀ ਹੋਏਗਾ, ਬੈਨੀਫਿਟ ਵੀ ਹੋਏਗਾ, ਕੰਮ ਵੀ ਬਰਾਬਰ ਕਰੇਗਾ। ਠੀਕ ਠੀਕ, ਤੇ ਜਿਹੜੀ ਪ੍ਰੀਤ ਕੰਪਨੀ ਹੈ ਦੋਸਤੋ, ਇਹ ਇੰਡੀਆ ਦੀ ਕੰਪਨੀ ਹੈ।
ਹਾਂਜੀ ਤੇ ਜੇ ਮੰਨ ਲਓ ਇਹਦੇ 'ਚ ਇੱਕ ਹੋਰ ਬੈਨੀਫਿਟ ਹੈ। ਹਾਂ, ਜੇ ਮੰਨ ਲਓ ਵੀ ਤੁਸੀਂ ਮਤਲਬ ਕਿ ਇਹ ਜਾਂਦੇ ਹੋ ਤੁਸੀਂ ਨਵਾਂ ਲੈਣ, ਹਾਂਜੀ, ਤੇ ਜੇ ਮੰਨ ਲਓ ਕੰਪਨੀ ਨੇ ਇੱਕ ਰੂਲ ਹੋਰ ਦਿੱਤਾ ਇਹਦੇ 'ਚ, ਜਿਵੇਂ ਮੰਨ ਲਓ ਇਹ ਆਪਣਾ ਸਿੰਪਲ ਹਿੱਸੇ 'ਚ ਹੋ ਗਿਆ, ਰੇਟ ਮੰਨ ਲਓ ਵੀ ਥੋੜ੍ਹਾ ਮਤਲਬ 50-60 ਹਜ਼ਾਰ ਹੋਰ ਵੱਧ ਜਾਏਗਾ, ਪਾਵਰ ਮਤਲਬ ਚੀਜ਼ਾਂ ਦੇ ਮੁਤਾਬਿਕ ਵੱਧ ਜਾਏਗਾ, ਹਾਂ ਚੀਜ਼ਾਂ ਦੇ ਮੁਤਾਬਿਕ ਵੱਧ ਜਾਏਗਾ, ਚੀਜ਼ਾਂ ਆਪਾਂ ਐਕਸਟਰਾ ਕਰਵਾਉਣੀਆਂ ਹੋਈਆਂ 4x4 ਮਤਲਬ ਕਰਵਾ ਸਕਦੇ ਹੋ, ਜੇ ਸਾਈਡ ਗੇਅਰ 'ਚ ਕਰਵਾਉਣਾ ਹੋਏ ਇਸੇ ਹਾਊਸ ਪਾਵਰ ਮੰਨ ਲਓ, ਜਿਵੇਂ ਹੁਣ ਆ ਸਾਈਡ ਗੇਅਰ ਵੀ ਕਰ ਸੈਂਟਰ ਦੇਣਗੇ, ਗੇਅਰ ਹੈ ਸੈਂਟਰ ਗੇਅਰ ਹੈ ਤੇ ਸਾਈਡ ਗੇਅਰ ਹੋ ਜਾਏਗਾ, ਹਾਂਜੀ ਸਾਈਡ ਗੇਅਰ ਹੋ ਜਾਏਗਾ ਇਹ, ਠੀਕ, ਇਹੀ ਟਰੈਕਟਰ ਕੰਪਨੀ ਵੱਲੋਂ ਹੀ, ਮੰਨ ਲਓ ਦੂਜੀ ਮੇਰੇ ਖਿਆਲ ਦੂਜੀਆਂ ਕੰਪਨੀਆਂ ਨਹੀਂ ਕਰਦੀਆਂ ਕੋਈ ਵੀ, ਹੈ ਹਾਂਜੀ, ਤੇ ਕਿੰਨੇ ਟਾਈਮ 'ਚ ਮੰਨ ਲਓ ਜਿਵੇਂ ਆਪਾਂ ਨਵਾਂ ਟਰੈਕਟਰ ਲੈਣ ਜਾਂਦੇ, ਇੱਕ ਹਫ਼ਤੇ ਦੇ ਵਿੱਚ ਆਉਂਦੇ ਨੇ ਵੀ ਕਰ ਦਿਆਂਗੇ ਕੰਪਲੀਟ। ਅੱਛਾ, ਇੱਕ ਹਫ਼ਤੇ ਬਾਅਦ ਆਪਾਂ ਨੂੰ ਟਰੈਕਟਰ ਮਿਲ ਜਾਏਗਾ, ਹਾਂਜੀ ਇੱਕ ਹਫ਼ਤੇ ਬਾਅਦ ਮਿਲ ਜਾਏਗਾ, ਠੀਕ। ਤੇ ਇਹਦੀਆਂ ਲਾਈਟਾਂ ਹੈਲੋਜਨ ਲਾਈਟਾਂ ਨੇ, ਹੈ ਨਾ? ਹਾਂਜੀ ਹੈਲੋਜਨ ਲਾਈਟਾਂ ਦਿੱਤੀਆਂ ਹੋਈਆਂ ਨੇ ਇਹਦੀਆਂ, ਤੇ ਬੰਫਰ ਆ ਅਲਗ ਤੋਂ ਆਪ ਲਵਾਇਆ ਸੀ, ਅੱਛਾ 1 ਕੁਇੰਟਲ ਦਾ ਲਵਾਇਆ ਹੈ, 1 ਕੁਇੰਟਲ ਵੇਟ ਹੈ, ਹਾਂਜੀ ਥੋੜਾ ਨਾ ਇਹ ਅੱਗੋਂ ਹੋਲਾ ਦਿੱਤਾ ਹੋਇਆ ਟਰੈਕਟਰ। ਅੱਛਾ, ਤੇ ਜੇ ਮੰਨ ਲਓ ਪਿੱਛੇ ਸੁਪਰ ਸੀਡਰ ਪਾਈਦਾ ਹੁੰਦਾ ਸੀ, ਥੋੜਾ ਮਤਲਬ ਅੱਗੋਂ ਚਕਿੰਦਾ ਹੁੰਦਾ ਸੀ, ਇਸ ਕਰਕੇ ਵੇਟ ਵਾਲਾ ਬੰਫਰ ਲਵਾ ਦਿੱਤਾ ਹੈ ਅੱਗੇ, ਪਹਿਲਾਂ ਇਹਨੂੰ ਕੰਪਨੀ ਨੇ ਸਿੰਪਲ ਦਿੱਤਾ ਹੋਇਆ ਸੀ, ਠੀਕ। ਧੰਨਵਾਦ ਦੋਸਤੋ, ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ।